ਵਿਧਾਨ ਸਭਾ ਚੋਣਾਂ 2020 ਦਾ ਚੋਣ ਪ੍ਰਚਾਰ ਦਾ ਸ਼ੋਰ ਖਤਮ ਹੋ ਚੁੱਕਾ ਹੈ। ਚੋਣਾਂ ਆਪਣੇ ਅੰਜਾਮ ਵੱਲ ਵੱਧ ਗਈਆਂ। ਕੱਲ ਨੂੰ ਯਾਨੀ ਕਿ 8 ਫਰਵਰੀ ਨੂੰ ਦਿੱਲੀ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ। ਤਿੰਨੇ ਪਾਰਟੀਆਂ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਸਾਰਿਆਂ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜੇ ਅਸੀਂ ਵਿਕਾਸ ਕੀਤਾ ਤੇ ਸਾਨੂੰ ਵੋਟ ਪਾਓ, ਜੇ ਨਹੀਂ ਕੀਤਾ ਤੇ ਸਾਨੂੰ ਨਾ ਪਾਓ। ਭਾਜਪਾ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੇ ਚਿਹਰੇ ਨੂੰ ਆਧਾਰ ਬਣਾ ਕੇ ਵੋਟਾਂ ਮੰਗ ਰਹੀ ਹੈ ਤੇ ਕਾਂਗਰਸ ਵੀ ਕਿਤੇ ਨਾ ਕਿਤੇ ਆਪਣਾ ਖਾਤਾ ਖੁੱਲ੍ਹਣ ਦੀ ਆਸ ਪ੍ਰਗਟਾ ਰਹੀ ਹੈ। ਇੱਕ ਰਿਪੋਰਟ ਦੇ ਜ਼ਰੀਏ ਦੇਖਦੇ ਹਾਂ ਦਿੱਲੀ ਦੇ ਦੰਗਲ ਦਾ ਹਾਲ। 8 ਫਰਵਰੀ 2020, ਆਖਿਰ ਉਹ ਦਿਨ ਆ ਹੀ ਗਿਆ ਜਦੋਂ ਦਿੱਲੀ ਵਿਧਾਨ ਸਭਾ ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਕੈਦ ਹੋ ਜਾਏਗੀ ਅਤੇ 11 ਫਰਵਰੀ ਨੂੰ ਇਹਨਾਂ ਈਵੀਐਮ ਮਸ਼ੀਨਾਂ 'ਚੋਂ ਨਿਕਲੇਗਾ ਦਿੱਲੀ ਦਾ ਮੁੱਖ ਮੰਤਰੀ। ਦਿੱਲੀ 'ਚ ਚੋਣ ਪ੍ਰਚਾਰ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਗਈ ਹੈ। ਭਾਵੇਂ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ, ਪਰ ਫਿਰ ਵੀ ਸਾਰੀਆਂ ਪਾਰਟੀਆਂ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਨੇ। ਭਾਜਪਾ ਤੇ ਕਾਂਗਰਸ ਨੇ ਵੀ ਦਿੱਲੀ ਫਤਿਹ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ। ਸੱਤਾਧਾਰੀ ਧਿਰ ਆਪਣੇ ਵੱਲੋਂ ਕੀਤੇ ਵਿਕਾਸ ਕਾਰਜਾਂ ਦੇ ਆਧਾਰ ਤੇ ਵੋਟਾਂ ਮੰਗ ਰਹੀ ਹੈ, ਜਦੋਂ ਕਿ ਭਾਜਪਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰੇ ਨੂੰ ਆਧਾਰ ਬਣਾ ਕੇ ਵੋਟਾਂ ਦੀ ਅਪੀਲ ਕਰ ਰਹੀ ਹੈ। ਲੋਕ ਸਭਾ ਚੋਣਾਂ 'ਚ ਭਾਜਪਾ ਨੇ 7 ਸੀਟਾਂ ਤੇ ਜਿੱਤ ਹਾਸਲ ਕੀਤੀ, ਜਿਸ ਤੋਂ ਬਾਅਦ ਭਾਜਪਾ ਨੂੰ ਵਿਧਾਨ ਸਭਾ ਲਈ ਵੀ ਆਪਣਾ ਰਸਤਾ ਸਾਫ਼ ਲੱਗ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਚੋਣ ਪ੍ਰਚਾਰ ਕਰਨ ਗਏ। ਅਕਾਲੀ ਦਲ ਤੇ ਭਾਜਪਾ 'ਚ ਵੀ ਉਤਾਰ ਚੜ੍ਹਾ ਆਏ ਤੇ ਬਾਅਦ ਵਿੱਚ ਫਿਰ ਦੋਵੇਂ ਇਕੱਠੇ ਹੋ ਗਏ। ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਇਕਲੌਤੇ ਸਾਂਸਦ ਭਗਵੰਤ ਮਾਨ ਦਾ ਨਾਂ ਵੀ ਸ਼ਾਮਿਲ ਰਿਹਾ। ਦਿੱਲੀ ਵਿਧਾਨ ਸਭਾ ਚੋਣਾਂ 'ਚ ਸ਼ਾਹੀਨ ਬਾਗ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ ਵੀ ਪਾਰੂ ਰਿਹਾ। ਤਿੰਨਾਂ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਚੋਣ ਮੈਨੀਫੈਸਟੋ 'ਚ ਲੁਭਾਵਣੇ ਵਾਅਦੇ ਵੀ ਕੀਤੇ ਗਏ। ਆਪ ਨੇ ਤੀਜੀ ਵਾਰ ਦਿੱਲੀ ਫਤਿਹ ਕਰਨ ਲਈ 28 ਵਾਅਦਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਲੋਕਪਾਲ ਬਿੱਲ, ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਅਤੇ 84 ਕਤਲੇਆਮ 'ਚ ਇਨਸਾਫ ਦਿਵਾਉਣਾ ਮੁੱਖ ਮੁੱਦੇ ਨੇ। 10 ਵਾਅਦਿਆਂ ਦੀ ਗਰੰਟੀ ਕਾਰਡ ਵੀ ਜਾਰੀ ਕੀਤਾ। ਕਾਂਗਰਸ ਨੇ ਕੇਜਰੀਵਾਲ ਤੋਂ ਜ਼ਿਆਦਾ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਅਤੇ 33% ਰਾਖਵਾਂਕਰਨ ਦੇਣ ਦਾ ਐਲਾਨ ਕੀਤਾ। ਨਾਗਰਿਕਤਾ ਸੋਧ ਬਿੱਲ ਖਿਲਾਫ਼ ਸੁਪਰੀਮ ਕੋਰਟ ਜਾਣ ਦਾ ਵੀ ਵਾਅਦਾ ਕੀਤਾ। ਭਾਜਪਾ ਗਰੀਬਾਂ ਨੂੰ 2 ਰੁਪਏ ਕਿਲੋ ਆਟਾ ਦੇਣ ਨੂੰ ਤਿਆਰ ਹੈ। 10 ਨਵੇਂ ਕਾਲਜ ਅਤੇ 200 ਸਕੂਲ ਬਣਾਉਣ ਦਾ ਵੀ ਵਾਅਦਾ ਕੀਤਾ। ਦਿੱਲੀ ਵਿਧਾਨ ਸਭਾ ਚੋਣਾਂ ਲਈ 70 ਹਲਕਿਆਂ 'ਚ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਵੋਟਾਂ ਪੈਣ ਜਾ ਰਹੀਆਂ ਨੇ। ਤਕਰੀਬਨ 90,000 ਪੁਲਿਸ ਕਰਮੀ ਚੋਣਾਂ ਵਾਲੇ ਦਿਨ ਡਿਊਟੀ 'ਤੇ ਤੈਨਾਤ ਹੋਣਗੇ। 13,750 ਪੋਲਿੰਗ ਸਟੇਸ਼ਨ ਬਣਾਏ ਗਏ ਨੇ। 58 ਸੀਟਾਂ ਜਨਰਲ ਕੈਟਾਗਰੀ ਲਈ ਰੱਖੀਆਂ ਗਈਆਂ ਨੇ। 12 ਸੀਟਾਂ SC ਅਤੇ ST ਲਈ ਰੱਖੀਆਂ ਗਈਆਂ ਨੇ। 11,46,92,136 ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ 'ਚੋਂ 80,55,000 ਪੁਰਸ਼ ਅਤੇ 66,35,000 ਔਰਤਾਂ ਨੇ। 8 ਫਰਵਰੀ ਨੂੰ ਸਾਰੇ ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ 'ਚ ਕੈਦ ਹੋਣ ਵਾਲੀ ਹੈ ਤੇ 11 ਫਰਵਰੀ ਨੂੰ ਚੋਣ ਨਤੀਜੇ ਦੱਸਣਗੇ ਕਿ ਕੌਣ ਹੋਏਗਾ ਦਿੱਲੀ ਦਾ ਬਾਦਸ਼ਾਹ। ਫਾਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। For all latest notification, don't forget to press the bell icon.